ਸਿਆਸਤ ਵਪਾਰ ਖੇਡਾਂ ਤੇ ਫਿਲਮ ਜਗਤ ਦੇ ਨਾਲ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਉਹਨੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਡੈਨਿਕ ਸਵੇਰਾ ਟਾਈਮਸ ਅਸੀਂ ਗੱਲਬਾਤ ਕਰਾਂਗੇ ਹੁਣ ਦਿਮਪੀ ਸੇਲ ਕਾਰਪੋਰੇਸ਼ਨ ਦੇ ਸ਼ਰਨਜੀਤ ਜੀ ਨਾਲ ਸ਼ਰਨਜੀਤ ਜੀ ਲਾਕਡਾਊਨ ਦੇ ਦੌਰਾਨ ਕੰਮ ਨੂੰ ਕਿੰਨਾ ਅਸਰ ਪਿਆ ਸਤਿ ਸ਼੍ਰੀ ਅਕਾਲ ਜੀ ਲਾਕਡਾਊਨ ਦੇ ਦੌਰਾਨ ਜਿਹੜਾ ਜਿਸ ਤਰ੍ਹਾਂ ਹੁਣ ਸਾਡਾ ਇਲੈਕਟ੍ਰੋਨਿਕਸ ਦਾ ਕਾਰੋਬਾਰ ਹੈ ਤੇ ਮੈਂ ਤੁਹਾਨੂੰ ਇਲੈਕਟ੍ਰੋਨਿਕਸ ਬਾਰੇ ਥੋੜਾ ਜਿਹਾ ਬਿਹਤਰ ਦੱਸ ਸਕਦਾ ਕਿ ਇਲੈਕਟ੍ਰੋਨਿਕਸ ਨੂੰ ਤਾਂ ਬਹੁਤ ਜ਼ਿਆਦਾ ਫਰਕ ਪਿਆ ਕਿਉਂਕਿ ਤੁਸੀਂ ਦੇਖੋ ਵੀ ਸੀਜ਼ਨਲ ਕਮ ਹੈ ਇਲੈਕਟ੍ਰੋਨਿਕਸ ਦਾ AC ਹੈ ਫ੍ਰਿਜ ਹੈ ਕੂਲਰ ਨੇ ਪੱਖੇ ਨੇ ਉਹਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈ ਕਿਉਂ ਨੁਕਸਾਨ ਇਸ ਤਰ੍ਹਾਂ ਹੋਇਆ ਹੈ ਕਿਉਂਕਿ ਨਾਰਮਲ ਜਦੋਂ ਵੀ ਆਪਾਂ ਸੀਜ਼ਨ ਦੀ ਸ਼ੁਰੂਆਤ ਕਰਦੀਆਂ ਤਿਆਰੀ ਕਰਦੇ ਆ ਤੇ ਜਨਵਰੀ ਫ फेब्रुवारी ਤੋਂ ਇਹਦੀ ਤਿਆਰੀ ਜਿਹੜੀ ਉਹ ਸਟਾਰਟ ਹੋ ਜਾਂਦੀ ਹੈ ਜਿੰਨੇ ਵੀ ਇਲੈਕਟ੍ਰੋਨਿਕਸ ਦੇ ਡੀਲਰ ਨੇ ਉਹ ਸਾਰਿਆਂ ਨੇ ਆਪਣਾ ਜਿਹੜਾ ਮਾਲ ਹੈ ਸਟਾਕ ਕਰਨਾ ਹੁੰਦਾ ਵਤ ਤੋਂ ਵਤ ਪੈਸਾ ਉਹ ਬੈਂਕਾਂ ਤੋਂ ਵੀ ਫੜਦੇ ਨੇ ਬੈਂਕਾਂ ਦੀਆਂ ਲਿਮਿਟਾਂ ਵੀ ਹੁੰਦੀਆਂ ਨੇ ਸਾਰਾ ਪੈਸਾ ਯੂਜ਼ ਹੋਇਆ ਹੁੰਦਾ ਜਿੰਨੇ ਵੀ ਦੁਕਾਨਦਾਰ ਨੇ ਹਰ ਕਿਸ ਨੇ ਆਪਣੀ ਹਾਇਸ਼ੀਅਤ ਦੇ ਮੁਤਾਬਕ ਕੋਈ ਛੋਟਾ ਦੁਕਾਨਦਾਰ ਹੈ ਉਹਨੇ ਵੀ ਸਾਰਾ ਪੈਸਾ ਉਧਰ ਸਟਾਕਸ ਲਾਇਆ ਹੁੰਦਾ ਵੱਡਾ ਦੁਕਾਨਦਾਰ ਉਹਨੇ ਆਪਣੇ ਅਕੋਰਡਿੰਗ ਲਾਇਆ ਹੁੰਦਾ ਤੇ ਉਹਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਕਿਉਂਕਿ ਸੀਜ਼ਨ ਸਟਾਰਟ ਨਹੀਂ ਹੋਇਆ ਅੱਗੇ ਨਾਰਮਲ ਮਾਰਚ ਤੋਂ ਸੀਜ਼ਨ ਸਟਾਰਟ ਹੋ ਜਾਂਦਾ ਤੇ ਇਸ ਵਾਰੀ ਮਾਰਚ ਵੀ ਨਿਕਲ ਗਿਆ April ਵੀ ਨਿਕਲ ਗਿਆ ਮਈਅ ਦਾ ਉਹ ਵੀ ਨਿਕਲ ਗਿਆ ਤੇ ਕੁਝ ਮੌਸਮ ਦੀ ਮਾਰ ਹੈ ਕਿ ਈਸੀ ਨਹੀਂ ਵਿਕਰੇ ਇਸ ਵੇਲੇ ਕਿਉਂਕਿ ਗਰਮੀ ਨਹੀਂ ਜ਼ਿਆਦਾ ਪਈ ਦੂਸਰੇ ਨੰਬਰ ਤੇ ਜਿਹੜਾ ਆਪਣਾ ਕੋਰੋਨਾ ਆ ਗਿਆ कोरोना ਕਰਕੇ ਤਾਂ ਬਹੁਤ ਜ਼ਿਆਦਾ ਨੁਕਸਾਨ ਹੋਇਆ ਕਿਉਂਕਿ ਦੁਕਾਨਾਂ ਨਹੀਂ ਖੁੱਲੀਆਂ ਦੁਕਾਨਾਂ ਨਹੀਂ ਖੁੱਲੀਆਂ ਕਸ਼ਮੀਰ ਕਿੱਦਾਂ ਆਏਗਾ ਦੁਕਾਨਾਂ ਨਹੀਂ ਖੁੱਲੀਆਂ ਸੈਕੰਡਲੀ ਕਈ ਤੁਸੀਂ ਦੇਖੋ ਜੇ ਕਈ ਸਾਡੇ ਦੁਕਾਨਦਾਰ ਭਰਾ ਨੇ ਉਹਨਾਂ ਦੀਆਂ ਦੁਕਾਨਾਂ ਕਿਰਾਏ ਤੇ ਨੇ ਹਾਲੇ ਉਹਨਾਂ ਦੀ ਕੋਈ ਸੈਟਿੰਗ ਦਾ ਪਤਾ ਨਹੀਂ ਹੈ ਵੀ ਜਿਹੜੇ ਉਹਨਾਂ ਦੇ ਮਾਲਕ ਹੈਗੇ ਨੇ ਓਨਰ ਹੈਗੇ ਨੇ ਬਿਲਡਿੰਗ ਦੇ ਉਹ ਉਹਨਾਂ ਨੂੰ ਕਿਰਾਇਆ ਉਹਨਾਂ ਨੇ ਛੱਡਣਾ ਹੈ ਜਾਂ ਕੀ ਕਰਨਾ ਹੈ ਜੇ ਉਹਨਾਂ ਦੇ ਨਾਲ ਕੀ ਸੈਟਿੰਗ ਬੈਠਣੀ ਹੈ ਉਹਦਾ ਵੀ ਕਾਫੀ ਜ਼ਿਆਦਾ ਨੁਕਸਾਨ ਹੈ ਬੈਂਕਾਂ ਦੀਆਂ ਲਿਮਿਟਾਂ ਨੇ ਉਹਦਾ ਨੁਕਸਾਨ ਹੈ ਬਿਜਲੀ ਦੇ ਬਿੱਲ ਸਰਕਾਰ ਭੇਜੀ ਜਾ ਰਹੀ ਹੈ ਜਦ ਕਿ ਸ਼ੋਰੂਮ ਬੰਦ ਪਏ ਨੇ ਸ਼ੋਰੂਮ ਦੇ ਉੱਪਰ ਕੋਈ ਬਿਜਲੀ ਦੀ ਯੂਜੇਜ ਨਹੀਂ ਹੋਈ ਉਹ ਪਿਛਲੇ ਸਾਲ ਦੇ ਅਕੋਰਡਿੰਗ ਸ਼ੋਰੂਮਾਂ ਦੇ ਬਿੱਲ ਭੇਜ ਦਿੱਤੇ ਨੇ ਸਰਕਾਰ ਨੇ ਜਦ ਕਿ ਸਰਕਾਰ ਨੂੰ ਥੋੜਾ ਸੋਚਣਾ ਚਾਹੀਦਾ ਹੈ ਕਿ ਜੇ ਦੁਕਾਨਾਂ ਸ਼ੋਰੂਮ ਬੰਦ ਨੇ ਤਾਂ ਉਹਨਾਂ ਦੇ ਬਿੱਲ ਨਾ ਭੇਜੋ ਤੁਸੀਂ ਜਦੋਂ ਖੁੱਲਣ ਗਿਆ ਉਦੋਂ ਫਿਰ ਤੁਸੀਂ ਰੀਡਿੰਗ ਲੈ ਕੇ ਭੇਜ ਦਿਓ ਜਿੰਨੀ ਕੀ ਰੀਡਿੰਗ ਜਿੰਨਾ ਕਿਸੇ ਨੇ ਯੂਜ਼ ਕੀਤਾ ਹੈਗਾ ਉਹਨਾਂ ਦਾ ਬਿੱਲ ਦੇ ਦੇ ਕਹਿੰਦਾ ਮਿਨੀਮਮ ਚਾਰਜਸ ਤਾਂ ਇਹਨਾਂ ਨੇ ਲੈਣੇ ਹੀ ਨੇ ਠੀਕ ਹੈ ਨਾ ਪਰ ਇਹ ਕੁਝ ਨਹੀਂ ਸੋਚਿਆ ਸਰਕਾਰ ਨੇ ਸਰਕਾਰ ਨੇ ਪੂਰੇ ਤੇ ਪੂਰੇ ਬਿਜਲੀ ਦੇ ਬਿੱਲ ਦਿੱਤੇ ਨੇ ਸਾਰੇ ਦੁਕਾਨਦਾਰਾਂ ਨੂੰ ਤੇ ਹੋਰ ਹੋਰ ਨੁ ਭਈ ਜਿੰਨੇ ਵੀ ਵਰਕਰ ਨੇ ਵਰਕਰ ਨੂੰ ਆਪਾਂ ਕੁਛ ਨਾ ਕੁਛ ਪਰਸੈਂਟੇਜ ਤਾਂ ਦਵਾਗੇ ਨਾ ਵੀ ਅਗਲਾ ਵੀ ਆਪਣੇ ਘਰ ਦਾ ਗੁਜ਼ਾਰਾ ਕਰੇ ਮੰਨ ਲਓ ਪੂਰੀਆਂ ਤਨਖਾਹਾਂ ਆਣੇ ਪੂਰੀਆਂ ਤਨਖਾਹਾਂ ਦੁਕਾਨਾਂ ਬੰਦ ਪਈਆਂ ਨਹੀਂ ਕੋਈ ਦੇਗਾ ਲੇਕਿਨ ਕੁਛ ਪਰਸੈਂਟੇਜ ਦੇਗਾ ਵੀ ਅਗਲਾ ਸਾਡੇ ਕੋਲ ਟਿਕਿਆ ਰਵੇ ਬੰਦਾ ਜਿਹੜਾ ਸਾਡੇ ਕੋਲ ਕੰਮ ਕਰ ਰਿਹਾ ਉਹਦਾ ਵੀ ਪਰਿਵਾਰ ਹੈ ਉਹਨੇ ਪਰਿਵਾਰ ਪਾਲਣਾ ਹੈ ਕੁਛ ਪਰਸੈਂਟੇਜ ਜੋ ਇੱਕ ਜੈਨੂਨ ਹੈਗੀ ਹੈ ਉਹ ਵੀ ਸਾਨੂੰ ਦੇਣੀ ਪਣੀ ਹੈ ਉਹ ਵੀ ਜੇਬ ਚੋਂ ਦੇਣੀ ਪਣੀ ਹੈ ਕਾਰੋਬਾਰ ਬੰਦ ਪਏ ਖਰਚੇ ਸਾਰੇ ਉਦਾਂ ਹੀ ਨੇ ਇਸ ਕਰਕੇ ਬਹੁਤ ਜ਼ਿਆਦਾ ਲਾਸਸ ਹੈਗੇ ਆ ਅਸੀਂ ਜਿਹੜੇ ਇਲੈਕਟ੍ਰੋਨਿਕਸ ਵਾਲੇ ਜਾਂ ਤਾਂ ਤੁਹਾਡਾ ਕੰ ਫਾਈਨਾਂਸ ਜਿਹੜੀ ਕੰਪਨੀਆਂ ਕਰ ਰਹੀਆਂ ਲਾਕਡਾਊਨ ਖੁੱਲਣ ਤੋਂ ਬਾਅਦ ਜਾਂ ਲਾਕਡਾਊਨ ਦੇ ਹੁੰਦੇ ਹੋਏ ਕੋਈ ਅੱਗੇ ਆਇਆ ਦੇਖੋ ਫਾਈਨਾਂਸ ਕੰਪਨੀਆਂਸ ਤੇ 90% 80 ਤੋਂ ਲੈ ਕੇ 90% ਜਿਹੜਾ ਇਲੈਕਟ੍ਰੋਨਿਕਸ ਦਾ ਬਿਜ਼ਨਸ ਨਾ ਉਹ ਫਾਈਨਾਂਸ ਤੇ ਸਾਰਾ ਹੈਗਾ ਬਾਕੀ ਜਿਹੜਾ ਕੈਸ਼ ਦਾ ਉਹ 10 ਤੋਂ ਲੈ ਕੇ 20% ਤੱਕ ਜਿਹੜਾ ਉਹ ਕੈਸ਼ ਦੀ ਸੇਲ ਹੁੰਦੀ ਹੈ ਹੁਣ ਜਿੰਨੀ ਦਿਨ ਲਾਕਡਾਊਨ ਚੱਲ ਰਿਹਾ ਸੀਗਾ 19 ਦਿਨ ਮਾਲ ਤਾਂ ਵਿਕਿਆ ਨਹੀਂ ਹੁਣ ਜਦੋਂ 2-3 ਦਿਨ ਤੋਂ ਲਾਕਡਾਊਨ ਖੁੱਲਿਆ ਹੈ फाइनेंस कंपनी ਨੂੰ ਅਪਰੋਚ ਕੀਤੀ ਜਾ ਰਹੀ ਹੈ ਲੇਕਿਨ ਜਿਸ ਤਰ੍ਹਾਂ ਉਹਨੋਂ ਕਹਿ ਰਿਹਾ ਵੀ ਜਲੰਧਰ ਰੈਡ ਜ਼ੋਨ ਹੈ ਰੈਡ ਜ਼ੋਨ ਕਰਕੇ ਅਸੀਂ ਬਜਾਜ ਬਜਾਜ ਜਿਹੜਾ ਨਾਰਮਲ ਜਿਹੜਾ ਫਾਈਨਾਂਸ ਕਰਦਾ ਹੈ ਬਜਾਜ ਹੈ ਜਾਂ ਇੱਕ ਦੋ ਕੰਪਨੀਆਂ ਹੋਰ ਨੇ ਬਜਾਈ ਫਾਈਨਾਂਸ ਤੋਂ ਇਲਾਵਾ ਇੱਕ ਦੋ ਕੰਪਨੀਆਂ ਹੋਰ ਨੇ ਉਹਨਾਂ ਨੇ ਆਪਣਾ ਹਾਲੇ ਤੱਕ ਫਾਈਨਾਂਸ ਓਪਨ ਨਹੀਂ ਕੀਤਾ ਹੁਣ ਪਤਾ ਨਹੀਂ ਉਹਨਾਂ ਨੂੰ ਕਿੰਨਾ ਟਾਈਮ ਲੱਗੇਗਾ ਫਾਈਨਾਂਸ ਓਪਨ ਕਰਨ ਨੂੰ ਲੋਕਾਂ ਕੋਲ ਪੈਸਾ ਨਹੀਂ ਹੈਗਾ ਜਿੰਨਾ ਕ ਪੈਸਾ ਸੀਗਾ ਇੱਕ ਮਿਡਲ ਕਲਾਸ ਬੰਦੇ ਕੋ ਇੱਕ ਮਿਡਲ ਕਲਾਸ ਫੈਮਿਲੀ ਤੋਂ ਜਿਹੜਾ ਬੰਦਾ ਕਰਦਾ ਹੈ ਬਿਲੋਂਗ ਕਰਦਾ ਹੈ ਉਹਦੇ ਕੋਲ ਪੈਸਾ ਜਿੰਨਾ ਹੁੰਦਾ ਉਹਨਾਂ ਨੂੰ ਅਗਲੇ ਨੇ ਆਪਣਾ ਦੋ 2.5 ਮਹੀਨੇ ਚ ਅਗਲੇ ਨੂੰ ਪੈਸਾ ਨਹੀਂ ਆਇਆ ਉਹਨਾਂ ਕਾ ਪੈਸਾ ਉਹਨੇ ਖਰਚ ਲਿਆ ਹੁਣ 100% ਜਿਹੜਾ ਫਾਈਨਾਂਸ ਹੈ ਉਹ ਬੰਦ ਹੈ ਸਮਾਨ ਦੀ ਸੇਲ ਅੱਗੋਂ ਵੀ ਕਿੱਦਾਂ ਹੋਏਗੀ ਜਦ ਤੱਕ ਫਾਈਨਾਂਸ ਖੁੱਲੇਗਾ ਨਹੀਂ ਉਹਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਸਾਨੂੰ ਕਿੰਨਾ ਕੁ ਸਮੇਂ ਲੱਗੇਗਾ ਕੰਮ ਨੂੰ ਤੁਹਾਡੇ ਨੂੰ ਸਟੈਂਡ ਹੋਣ ਨੂੰ ਦੇਖੋ ਜੇ ਆਪਾਂ ਸਮੇਂ ਦੀ ਗੱਲ ਕਰੀਏ ਤਾਂ ਫਿਲਹਾਲ ਤਾਂ ਜਿੰਨਾ ਕੁ ਸੈਟ ਬੈਕ ਹੁਣ ਲੱਗਣਾ ਹੈ ਜਾਂ ਲੱਗਾ ਹੈ ਇਹ ਤੋਂ ਉੱਪਰ ਦੇ ਹੋਏ ਘੱਟੋ ਘਾਟ ਜੋ ਸਾਡਾ ਅੰਦਾਜ਼ਾ ਮੇਰੇ ਖਿਆਲ ਨਾਲ ਘੱਟੋ ਘੱਟ 1 ਸਾਲ ਤੋਂ ਪਹਿਲਾਂ ਤਾਂ ਆਪਾਂ ਇਹ ਤੋਂ ਉੱਪਰ ਦੇ ਨਹੀਂ ਉਹਨੂੰ 1 ਸਾਲ ਨੂੰ ਵੀ ਜ਼ਿਆਦਾ ਟਾਈਮ ਲੱਗ ਸਕਦਾ ਹੈ 1 ਸਾਲ ਤੋਂ ਵੀ ਜ਼ਿਆਦਾ ਟਾਈਮ ਲੱਗ ਸਕਦਾ ਕਿਉਂਕਿ ਖਬਰਾਂ ਇਦਾਂ ਦੀ ਸੁਣਨ ਨੂੰ ਆ ਰਹੀਆਂ ਨੇ ਕਿ ਜਿਹੜਾ ਕਰੋਨਾ ਇਹ ਹਾਲੇ ਜਲਦੀ ਖਤਮ ਨਹੀਂ ਹੋਣਾ ਇਹਨੂੰ ਹਾਲੇ ਬਹੁਤ ਟਾਈਮ ਆਪਾਂ ਨੂੰ ਇਹਦੇ ਨਾਲ ਇਹਨੂੰ ਨਾਲ ਲੈ ਕੇ ਇਹਦੇ ਅਕੋਰਡਿੰਗ ਹੀ ਜਿਉਣਾ ਪੈਣਾ ਹੈ ਹਨਾ ਤੇ ਉਹਦੇ ਵਿੱਚ ਇਹ ਹੈਗਾ ਕਿ ਹੁਣ ਤੁਸੀਂ ਦੇਖੋ ਇਸ ਸਾਲ ਜਿਹੜੇ ਡੀਲਰਾਂ ਨੇ ਮਾਲ ਅੰਦਰ ਰੱਖ ਲਿਆ ਸਟਾਕ ਕਰ ਲਿਆ ਫ੍ਰੀਜਾਂ ਸ਼ੌਕ ਹੋ ਗਈਆਂ ਇਹ ਸੀ ਸਟਾਕ ਹੋ ਗਏ ਲੇਕਿਨ 50 60% ਸੀਜ਼ਨ ਦਾ ਟਾਈਮ ਜਿਹੜਾ ਉਹ ਲੰਘ ਗਿਆ ਉਸ ਤੋਂ ਇਲਾਵਾ ਜਿਹੜਾ 30 40% ਦਾ ਵੀ ਹਲੇ ਪਤਾ ਨਹੀਂ ਐ ਫਾਈਨਾਂਸ ਓਪਨ ਨਹੀਂ ਐ ਲੋਕਾਂ ਦੀ ਮੈਂਟੈਲਿਟੀ ਐ ਇਸ ਵੇਲੇ ਸਮਾਨ ਲੈਣ ਵਾਲੀ ਨਹੀਂ ਐ ਉਹਨਾਂ ਦਾ ਹੁਣ ਇੱਕ ਇੱਕ ਬੰਦੇ ਨੇ ਇੱਕ ਪੱਖਾ ਲੈਣਾ ਉਹ ਪੱਖਾ ਤਾਂ ਲੈ ਲੇਗਾ ਚਲੋ ਹਰ ਬੰਦਾ ਐਫੋਰਡ ਕਰ ਲੈਂਦਾ ਕੂਲਰ ਵੀ ਲੈ ਲੇਗਾ ਹੁਣ ਏਸੀ ਹਰ ਬੰਦਾ ਐਫੋਰਡ ਨਹੀਂ ਕਰਦਾ ਅਗਲਾ ਕਹਿੰਦਾ ਯਾਰ ਜੇ ਮੇਰੇ ਕੋਲ ਜਿਹੜੇ ਉਹਦਾ ਕੋਈ ਪਲੈਨਿੰਗ ਸੀ ਸੀਜ਼ਨ ਤੋਂ ਪਹਿਲਾਂ ਏਸੀ ਲੈਣ ਦੀ ਉਹ ਕਹਿੰਦਾ ਜੇ ਮੇਰੇ ਕੋਲ ਇੱਕ ਏਸੀ ਲੱਗਾ ਚਲੋ ਸਾਰੇ ਬੰਦੇ ਇੱਕੋ ਕਮਰੇ ਚ ਸੌਜੋ ਐਸਲ ਪੈਸੇ ਐ ਨਹੀਂ ਆਪਾਂ ਪੈਸੇ ਨਹੀਂ ਖਰਚਨੇ ਲੇਕਿਨ ਉਹਦਾ ਨੁਕਸਾਨ ਇਲੈਕਟ੍ਰੋਨਿਕਸ ਡ ਕਿਉਂਕਿ ਜਿਹੜੇ ਇਲੈਕਟ੍ਰੋਨਿਕਸ ਦੇ ਜਿੰਨੇ ਡੀਲਰ ਉਹਨਾਂ ਨੇ ਸਟਾਕ ਅੰਦਰ ਕੀਤਾ ਹੋਇਆ ਹੈ ਹੁਣ ਜੇ ਉਹ 1 ਸਾਲ ਸਟਾਕ ਨਹੀਂ ਵਿਕੇਗਾ ਮੰਨ ਲਓ ਜਿਹੜਾ ਸਟਾਕ ਅੰਦਰ ਕੀਤਾ ਉਹ 1 ਸਾਲ ਸਟਾਕ ਨਹੀਂ ਵਿਕੇਗਾ ਅਗਲੇ ਸੀਜ਼ਨ ਆਨ ਤੱਕ ਤਾਂ ਉਹ ਜਿੰਨਾ ਬੈਂਕ ਦੀਆਂ ਲਿਮਟਾਂ ਬੈਂਕ ਦੇ ਵਿਆਜ ਨੇ ਉਹ ਤਾਂ 1 ਸਾਲ ਹੀ ਰੈਗੂਲਰ ਉਹਨਾਂ ਨੂੰ ਪੈ ਰਹੇ ਨੇ ਨਾ ਸਰਕਾਰ ਨੂੰ ਉਹਦੇ ਬਾਰੇ ਸੋਚਣਾ ਚਾਹੀਦਾ ਕਿ ਜਿੰਨੀਆਂ ਲਿਮਟਾਂ ਦੇ ਵਿਆਜ ਹੈ ਜਿੰਨੇ ਵੀ ਇੰਟਰਸਟ ਹੈਗੇ ਨੇ ਉਹਨੂੰ ਖਤਮ ਕਰੇ ਜਿਹੜੇ ਦੇਖੋ ਸਰਕਾਰ ਹਮੇਸ਼ਾ ਸੋਚਦੀ ਹੈ ਕਿਸਾਨਾਂ ਬਾਰੇ ਹਮੇਸ਼ਾ ਗੱਲ ਜਦੋਂ ਆਪਾਂ ਸੁਣਦੇ ਹਾਂ ਕਦੀ ਵੀ ਭਾਵੇਂ ਪੰਜਾਬ ਸਰਕਾਰ ਹੈ ਭਾਵੇਂ ਸੈਂਟਰ ਗਵ ਜੇ ਲੋਕ ਕਿਸਾਨਾਂ ਦੀ ਗੱਲ ਕਰਦੇ ਆ ਉਹ ਕਹਿੰਦੇ ਆ ਜੀ ਇਹ ਮੌਸਮ ਦੀ ਮਾਰ ਪੈ ਗਈ ਇਹ ਕਿਸਾਨਾਂ ਨੂੰੰਨਾ ਮੁਆਵਜ਼ਾ ਦੇ ਦਿਓ ਸਾਨੂੰ ਵੀ ਤੇ ਮੌਸਮ ਦੀ ਮਾਰ ਪੈ ਰਹੀ ਹੈ ਸਾਨੂੰ ਵੀ ਕਰੋਨਾ ਦੀ ਮਾਰ ਪੈ ਰਹੀ ਹੈ ਸਾਡੇ ਸਟਾਕ ਅੰਦਰ ਪਏ ਨੇ ਉਹ ਵਿਕਨੇ ਨਹੀਂ ਇਹ ਸਾਨੂੰ ਬੈਂਕ ਦੀਆਂ ਵਿਆਜਾਂ ਪੈ ਰਹੀਆਂ ਸਾਨੂੰ ਸ਼ੋਰੂਮਾਂ ਦੇ ਕਿਰਾਏ ਪੈ ਰਹੇ ਨੇ ਹਰ ਚੀਜ਼ ਪੈ ਰਹੀ ਹੈ ਸਾਨੂੰ ਬੰਦਿਆਂ ਦੇ ਖਰਚੇ ਪੈ ਰਹੇ ਆ ਉਹ ਸਰਕਾਰ ਨੂੰ ਉਧਰ ਵੀ ਧਿਆਨ ਦੇਣਾ ਚਾਹੀਦਾ ਕਿਉਂਕਿ ਇੱਕ ਜਿਹੜਾ ਵੱਡਾ ਟੈਕਸ ਹੈਗਾ ਨਾ ਜਿਹੜਾ ਇਨਕਮ ਟੈਕਸ ਹੈ ਜਾਂ ਕੋਈ ਵੀ ਟੈਕਸ ਹੈ ਜੀਐਸਟੀ ਅਸੀਂ ਲੋਕੰਨਾ ਪੇ ਕਰਦੇ ਆ ਅਸੀਂ ਜਿੰਨੇ ਵੀ ਦੁਕਾਨਦਾਰ ਆ ਸਭ ਤੋਂ ਜ਼ਿਆਦਾ ਸਾਡਾ ਸਹਿਯੋ ਲੇਕਿਨ ਸਰਕਾਰ ਦਾ ਧਿਆਨ ਇਹਲੇ ਪਾਸੇ ਹੈ ਨਹੀਂ ਕਿਉਂਕਿ ਦੇਖੋ ਜਿੰਨਾ ਵੀ ਰੈਵਨਿਊ ਸਰਕਾਰ ਨੂੰ ਜਨਰੇਟ ਹੁੰਦਾ ਮੈਂ ਕਹਿੰਦਾ ਅੱਜ ਸ਼ਰਾਬ ਦੇ ਠੇਕੇ ਖੋਲੇ ਹੈ ਸਰਕਾਰ ਨੇ ਸ਼ਰਾਬ ਦੇ ਠੇਕੇ ਤੇ ਕਿਹੜਾ ਬੰਦਾ ਸ਼ਰਾਬ ਲੈਣ ਜਾਏਗਾ ਦੇਖੋ ਸਭ ਤੋਂ ਜ਼ਿਆਦਾ ਜਿਹੜਾ ਪਰਚੇਸਿੰਗ ਪਾਵਰ ਹੈ ਨਾ ਉਹ ਇੱਕ ਵਪਾਰੀ ਦੀ ਹੈ ਇੱਕ ਬਿਜ਼ਨਸਮੈਨ ਦੀ ਹੈ ਉਹ ਬਿਜ਼ਨਸਮੈਨ ਅਗੋਂ ਨੌਕਰੀਆਂ ਦਿੰਦਾ ਹੈ এমਪਲੋਇਮੈਂਟ ਕੌਣ ਜਨਰੇਟ ਕਰਦਾ ਇੱਕ ਬਿਜ਼ਨਸਮੈਨ ਜਨਰੇਟ ਕਰਦਾ ਜੇ ਬਿਜ਼ਨਸਮੈਨ ਕੋਲ ਕੰਮ ਨਹੀਂ ਹੋਏਗਾ ਉਹ এমਪਲੋਇਮੈਂਟ ਜਨਰੇਟ ਕਰੇਗਾ ਫਿਰ ਉਹ ਜਿਹੜੇ ਅਗੋਂ ਲੋਕ ਹੈਗੇ ਆ ਜਿਹੜੇ ਉਹਨਾਂ ਦੇ ਕਰਿੰਦੇ ਆ ਜਿਹੜੇ ਵਰਕਰ ਨੇ ਉਹ ਪੈਸਾ ਕਿੱਦਾਂ ਖਰਚਣਗੇ ਠੀਕ ਹੈ ਨਾ ਇਸ ਕਰਕੇ ਇੱਕ ਬਹੁਤ ਵੱਡਾ ਰੈਵਨਿਊ ਜਨਰੇਟ ਕਰਨ ਦੇ ਵਿੱਚ ਇੱਕ ਵਪਾਰੀਆਂ ਦਾ ਬਹੁਤ ਵੱਡਾ ਹੱਥ ਹੈ ਤੁਸੀਂ ਦੇਖੋ ਨਾਰਮਲੀ ਜਿੰਨਾ ਆਪਾਂ ਜੀਐਸਟੀ ਪੇ ਕਰਦੇ ਆ ਉਹਨਾਂ ਇੱਕ ਇੱਕ ਚੀਜ਼ ਹੈ ਇੱਕ 28% ਜੀਐਸਟੀ ਸਾਡੇ ਕਈ ਆਈਟਮਸ ਦੇ ਉੱਪਰ ਜਿਸ ਤਰ੍ਹਾਂ ਆਪਾਂ ਏਸੀ ਦੀ ਗੱਲ ਕਰ ਲਈਏ ਏਸੀ ਦੇ ਉੱਪਰ 28% ਜੀਐਸਟੀ ਹੈ ਹੁਣ ਬਾਹਰਲੀ ਸਰਕਾਰਾਂ ਨੇ ਉਹ ਵੀ ਟੈਕਸ ਲੈਂਦੀਆਂ ਨੇ ਮੈਂ ਕਹਿੰਦਾ ਤੁਸੀਂ ਟੈਕਸ 2-4% ਦਾ ਫਰਕ ਹੋਏਗਾ ਹੋ ਸਕਦਾ 2-4% ਜ਼ਿਆਦਾ ਲੈਂਦੀਆਂ ਹੋਣ ਤੇ ਆਪਣੀ ਜਿਹੜੀ ਆਂ ਇੰਡੀਅਨ ਗਵਰਨਮੈਂਟ ਆ ਉਹ 2-4% ਘੱਟ ਲੈਂਦੀ ਹੋਏਗੀ ਬਟ ਇੱਕ ਬਹੁਤ ਜ਼ਿਆਦਾ ਵੱਡਾ ਡਿਫਰੈਂਸ ਇਹ ਹੈਗਾ ਕਿ ਉਹ ਸਰਕਾਰਾਂ ਜੇ ਟੈਕਸ ਲੈਂਦੀਆਂ ਨੇ ਤੋਂ ਬਾਰੀਆਂ ਨੂੰ ਪੂਰੀ ਸਹੂਲਤ ਵੀ ਦਿੰਦੀਆਂ ਨੇ ਉਹ ਉੱਥੋਂ ਦੇ ਸਿਟੀਜ਼ਨ ਜਿਹੜੇ ਹੈਗੇ ਨੇ ਉਹਨਾਂ ਦੇ ਜਿਹੜੇ ਬੱਚੇ ਨੇ ਉਹ 12th ਤੱਕ +2 ਤੱਕ ਉਹ ਬੱਚਿਆਂ ਦੀ ਫ੍ਰੀ ਸਟੱਡੀ ਕਰਵਾਉਂਦੇ ਨੇ ਜੇ ਉਹ ਟੈਕਸ ਲੈਂਦੇ ਨੇ ਤਾਂ ਠੀਕ ਹੈ ਉਸ ਵਾਰ ਮੈਡੀਕਲ ਦਾ ਬਹੁਤ ਜ਼ਿਆਦਾ ਉਹਨਾਂ ਨੂੰ ਬੈਨੀਫਿਟ ਦਿੰਦੇ ਨੇ 60 ਇਅਰ ਤੋਂ ਬਾਅਦ ਮੈਡੀਕਲ ਦਾ ਬਹੁਤ ਜ਼ਿਆਦਾ ਬੈਨੀਫਿਟ ਦਿੰਦੇ ਨੇ ਜਿਹੜੇ 올ਡ ਏਜ ਹੋ ਜਾਂਦੇ ਨੇ ਜਾਂ ਜਿਹੜੇ ਆਪਾਂ ਉਹ ਕਹਿੰਦੇ ਨੇ ਆ ਸੀਨੀਅਰ ਸਿਟੀਜ਼ਨ ਜਿਹੜੇ ਸੀਨੀਅਰ ਸਿਟੀਜ਼ਨ ਹੈ ਸੀਡੀ ਸੀਨੀਅਰ ਸਿਟੀਜ਼ਨ ਨੂੰ ਬਹੁਤ ਜ਼ਿਆਦਾ ਬੈਨੀਫਿਟ ਦਿੰਦੇ ਆ ਪਰ ਆਪਣੀ ਸਰਕਾਰ ਕੁਝ ਨਹੀਂ ਕਰਦੀ ਆਪਣੀ ਸਰਕਾਰ ਸਿਰਫ ਟੈਕਸ ਇਕੱਠਾ ਕਰਦੀ ਏ ਟੈਕਸ ਇਕੱਠਾ ਕਰਕੇ ਤੁਸੀਂ ਮੈਨੂੰ ਦੱਸੋ ਵੀ ਜਿੰਨੇ ਗਵਰਨਮੈਂਟ EMPLOYE ਨੇ ਠੀਕ ਹੈ ਸਰਕਾਰ ਕਹਿੰਦੀ ਸੀ ਉਹਨਾਂ ਨੂੰ ਪੈਨਸ਼ਨ ਦੇਣੀ ਹੈ ਉਹ ਟੈਕਸ ਕੱਢਦੀ ਸਰਕਾਰ ਉਹਨਾਂ ਦਾ ਇੱਕ ਵਪਾਰੀ ਵੀ ਤਾਂ ਟੈਕਸ ਦਿੰਦਾ ਸਾਰੀ ਉਮਰ ਟੈਕਸ ਦਿੰਦਾ ਅਸੀਂ ਮੈਨੂੰ ਅੱਜ ਤੋਂ ਤੁਸੀਂ ਦੇਖੋ ਮੈਂ ਜਦੋਂ ਤੋਂ ਆਪਣੀ ਹੋਸ਼ ਸੰਭਾਲੀ ਹੈ ਨਾ ਤੇ ਮੈਂ ਬਿਜ਼ਨਸ ਆਇਆ ਮੈਨੂੰ ਕੋਈ ਤਕਰੀਬਨ ਅੱਜ ਤੋਂ 20 ਸਾਲ ਤੋਂ ਲੈ ਕੇ 25 ਸਾਲ ਤੱਕ ਹੋ ਗਏ ਆ ਮੈਂ ਅਜੇ ਤੱਕ ਕਦੀ ਨਹੀਂ ਦੇਖਿਆ ਬਈ ਕਿਸੇ ਵੀ ਸਰਕਾਰ ਨੇ ਕਿਸੇ ਵਪਾਰੀ ਨੂੰ ਕੋਈ ਫਾਇਦਾ ਦਿੱਤਾ ਹੋਵੇ ਕਿਸੇ ਸਰਕਾਰ ਨੇ ਕਿਸੇ ਵਪਾਰੀ ਨੂੰ ਕੋਈ ਫਾਇਦਾ ਨਹੀਂ ਦਿੱਤਾ ਟੈਕਸ ਇਕੱਠਾ ਕੀਤਾ ਜੇ ਮੈਨੂੰ 20 ਸਾਲ 25 ਸਾਲ ਹੋ ਗਏ ਟੈਕਸ ਦੇਣ ਦੇ ਨੂੰ ਮੈਂ 20 25 ਸਾਲ ਹੋਰ ਟੈਕਸ ਦੇਣਾ ਮੈਨੂੰ ਦੱਸੋ ਮੈਨੂੰ ਸਰਕਾਰ ਨੇ ਕੀ ਫਾਇਦਾ ਦੇਣਾ ਉਹ ਟੈਕਸ ਦੇਣ ਦਾ ਇਸ ਕਰਕੇ ਸਰਕਾਰ ਨੂੰ ਵਪਾਰੀਆਂ ਬਾਰੇ ਕੁਝ ਸੋਚਣਾ ਚਾਹੀਦਾ ਹੈ ਇਲੈਕਟ੍ਰੋਨਿਕ ਦੇ ਸਮਾਨ ਦੇ ਵਿੱਚ ਰੇਟ ਦੇ ਵਿੱਚ ਕੋਈ ਫਰਕ ਪਏਗਾ ਇਲੈਕਟ੍ਰੋਨਿਕ ਦੇ ਸਮਾਨ ਦੇ ਵਿੱਚ ਰੇਟ 'ਚ ਕੋਈ ਫਰਕ ਨਹੀਂ ਪੈਣਾ ਹੈਗਾ ਫਰਕ ਇਸ ਕਰਕੇ ਨਹੀਂ ਪੈਣਾ ਹੈਗਾ ਕਿਉਂਕਿ ਜੋ ਨਾਰਮਲ ਇੱਕ ਪਰਚੇਸ ਕੀਤੀ ਹੋਈ ਹੈ ਡੀਲਰਾਂ ਦੇ ਕੋਲ ਮਾਲ ਅੰਦਰ ਪਿਆ ਜਨਵਰੀ ਫਰਵਰੀ 'ਚ ਉਹਨਾਂ ਨੇ ਪਰਚੇਸ ਕਰ ਲਈ ਹੈ ਠੀਕ ਹੈ ਉਹ ਜੋ ਵੀ ਰੇਟ ਉਹਨਾਂ ਕੋਲ ਪਿਆ ਸੀਗਾ ਹੁੰਦਾ ਅੱਜ ਦੀ ਡੇਟ 'ਚ ਜਿੰਨੇ ਵੀ ਵਪਾਰੀ ਨੇ ਉਹ ਇਹ ਚਾਹੁੰਦੇ ਨੇ ਵੀ ਉਹਨਾਂ ਦਾ ਸਟਾਕ ਨਿਕਲ ਜਾਵੇ ਠੀਕ ਹੈ ਫਰਕ ਤੁਸੀਂ ਅਗੋਂ ਨੈਕਸਟ ਆਨ ਦੀ ਗੱਲ ਕਰੋ ਤਾਂ ਕੋਈ ਫਰਕ ਨਹੀਂ ਪਏਗਾ ਕਿਉਂਕਿ ਅਗੋਂ ਨਵੀਂ ਪਰਚੇਜ਼ ਤਾਂ ਕਿਸੇ ਨੇ ਕਰਨੀ ਨਹੀਂ ਪਹਿਲਾਂ ਅਗਲੇ ਨੇ ਆਪਣਾ ਸਮਾਨ ਅੰਦਰ ਜਿਹੜਾ ਉਹ ਸਟਾਕ ਪਿਆ ਪਹਿਲਾਂ ਉਹਨੇ ਉਹ ਕਲੀਅਰ ਕਰਨਾ ਹੈ ਤੇ ਅਦਰਵਾਈਜ਼ ਤਾਂ ਸਟਾਕ ਦਾ ਤਾਂ ਮਤਲਬ ਰੇਟ ਦਾ ਕੋਈ ਫਰਕ ਪੈਣ ਵਾਲਾ ਹੈ ਨਹੀਂ ਹਾਂ ਫਰਕ ਤਾਂ ਪਏਗਾ ਗਰਮੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਇਸੀ ਦਾ ਬਹੁਤ ਜ਼ਿਆਦਾ ਸੀਜ਼ਨ ਲੱਗ ਜਾਂਦਾ ਹੈ ਇਹ ਤਾਂ ਹੁਣ ਚਲੋ ਆਉਣ ਵਾਲੇ ਟਾਈਮ ਤੇ ਪਤਾ ਲੱਗੇਗਾ 2-4 ਦਿਨ ਹਫ਼ਤੇ 'ਚ ਪਤਾ ਲੱਗ ਜਾਣਾ ਤੇ ਸੀਜ਼ਨ ਬਹੁਤ ਜ਼ਿਆਦਾ ਲੱਗ ਜਾਂਦਾ ਹੈ ਹਾਂ ਅੱਗੇ ਕੰਪਨੀਆਂ ਕੋਲ ਸਟਾਕ ਨਹੀਂ ਹੋਣਾ ਅਗੋਂ ਕਿਉਂ ਸਟਾਕ ਇਸ ਕਰਕੇ ਨਹੀਂ ਹੋਣਾ ਕਿਉਂਕਿ ਕਈ ਆ ਕਾਫੀ ਕੰਪਨੀਆਂ ਨੇ ਮਤਲਬ 95% 99% ਕੰਪਨੀਆਂ ਚਾਈਨਾ ਤੋਂ ਇمپੋਰਟ ਕਰਦੀਆਂ ਨੇ ਹੁਣ ਜਨੂਅਰੀ ਦੇ ਵਿੱਚ ਦਸੰਬਰ ਦੇ ਵਿੱਚ ਚਾਈਨਾ ਬੰਦ ਹੋ ਗਿਆ ਸੀ ਤਾਂ ਇਹਨਾਂ ਦਾ ਹੋਰ ਮਟੀਰੀਅਲ ਨਹੀਂ ਆਇਆ ਜਿੰਨਾ ਕ ਮਟੀਰੀਅਲ ਕੰਪਨੀਆਂ ਕੋਲ ਪਿਆ ਸੀ ਉਹ ਡੀਲਰਾਂ ਨੇ ਲੈ ਲਿਆ ਕੰਪਨੀਆਂ ਕੋਲ ਸਟਾਕ ਨਹੀਂ ਹੈਗਾ ਹੁਣ ਜਦੋਂ ਇਹ ਸਿਸਟਮ ਸਾਰਾ ਉਹਨਾਂ ਕੋਲ ਏਸੀ ਵਿਗ ਗਏ ਜਿਹਨਾਂ ਡੀਲਰਾਂ ਕੋਲ ਸਟਾਕ ਹੈ ਉਸ ਤੋਂ ਬਾਅਦ ਸਟਾਕ ਡੀਲਰਾਂ ਕੋਲ ਜਦੋਂ ਖਤਮ ਹੋ ਗਿਆ ਤੇ ਅੱਗੋਂ ਮਾਲ ਆਣਾ ਨਹੀਂ ਹੈ ਫਿਰ ਹੋ ਸਕਦਾ ਰੇਟ ਜਿਹੜੇ 에ਅਰ ਕੰਡੀਸ਼ਨਰ ਦੇ ਔਰ ਜਿਹੜੇ ਰੈਫਰਿਜਰੇਟਰ ਦੇ ਰੇਟ ਜਿਹੜੇ ਆ ਉਹ ਵਧਣਗੇ ਕਰੋਨਾ ਨੂੰ ਛੱਡ ਕੇ ਓਵਰঅল ਸੂਬੇ ਦੀ ਗੱਲ ਕਰੀਏ ਸੂਬੇ ਦੇ ਕੀ ਹਾਲਾਤ ਹੈ ਦੇਖੋ ਜੇ ਆਪਾਂ ਪੂਰੇ ਆਪਣੇ ਪੰਜਾਬ ਦੇ ਜਿਦਾ ਆਪਾਂ ਪੰਜਾਬ ਦੇ ਵਾਸੀ ਆ ਆਪਾਂ ਪੰਜਾਬ ਦੀ ਗੱਲ ਕਰਾਂਗੇ ਪੰਜਾਬ ਦੇ ਵਿੱਚ ਇਸ ਵੇਲੇ ਜਿਹੜੇ ਹਾਲਾਤ ਬਹੁਤ ਜ਼ਿਆਦਾ ਵਧੀਆ ਨਹੀਂ ਹੈਗੇ ਤੁਸੀਂ ਦੇਖੋ ਪੰਜਾਬ ਦੇ ਵਿੱਚੋਂ ਜਿੰਨਾ ਵੀ ਬੱਚਾ ਬਾਹਰ ਜਾ ਰਿਹਾ ਹੈ ਜਿਹੜੇ ਜੇ ਆਪਾਂ ਜੇ ਕੈਨੇਡਾ ਦੀ ਗੱਲ ਕਰ ਲਈਏ ਜਿੰਨੀ ਵੀ ਕਰੀਮ ਹੈ ਸਾਰੀ ਬਾਹਰ ਜਾਈ ਜਾ ਰਹੀ ਹੈ ਜਿਹੜਾ ਬੱਚਾ ਲਾਇਕ ਹੈ ਜਿਹੜੇ ਬੱਚੇ ਦੇ 6 ਬੈਂਡ ਆ ਜਾਂਦੇ ਨੇ ਆਜੀ ਡੇਟੇ 'ਚ ਉਹਨੂੰ ਕੈਨੇਡਾ ਗਵਰਨਮੈਂਟ ਉੱਥੇ ਲੈ ਜਾਂਦੀ ਪੜ੍ਹਾਈ ਵਾਸਤੇ ਕਿਉਂਕਿ ਹਰ ਨਾਰਮਲ ਜਦੋਂ ਨਾ ਜਿੰਨਾ ਮਰਜੀ ਜਿੱਦਾਂ ਮਰਜ਼ੀ ਪੈਸਾ ਦਵੇ ਮਾਪਿਓ ਉਹਨਾਂ ਦਾ ਸੁਪਨਾ ਹੁੰਦਾ ਵੀ ਮੇਰਾ ਬੱਚਾ ਕਾਮਯਾਬ ਹੋਵੇ ਠੀਕ ਹੈ ਸਿਰਫ ਇੱਕ 15 ਤੋਂ 20 ਲੱਖ ਰੁਪਏ ਦਾ ਖਰਚਾ ਲਾ ਕੇ ਖਰਚਾ ਕਰਕੇ ਉਹ ਬੱਚੇ ਨੂੰ ਬਾਹਰ ਭੇਜ ਦਿੰਦੇ ਆ ਉਹ ਬੱਚਾ ਉੱਥੇ ਅਗੋਂ ਤੋਂ ਬਸ ਅਗੋਂ ਵਾਂਸੇ ਆਪਣੀ ਫੀਸ ਵੀ ਕੱਢਦਾ ਅਗੋਂ ਵਾਂਸੇ ਪੈਸਾ ਆਪਣੇ ਇੱਥੇ ਇੰਡੀਆ ਮਾਪਿਆਂ ਨੂੰ ਵੀ ਭੇਜਦਾ ਭਾਵੇਂ ਕਰਜ਼ਾ ਚੱਕ ਕੇ ਮਾਪਿਆਂ ਨੂੰ ਦਿੱਤਾ ਉਹ ਕਰਜ਼ਾ ਵੀ ਲਾਂਦਾ ਠੀਕ ਹੈ ਹੁੰਦਾ ਕਿ ਇਹ ਵੀ ਜਦੋਂ ਆਪਾਂ ਇੱਕ ਬੱਚਾ ਵੱਡਾ ਹੁੰਦਾ ਆਪਾਂ ਉਹਦੇ ਫਿਊਚਰ ਬਾਰੇ ਸੋਚਦੇ ਆ ਤੇ ਹਰ ਮਾਪਿਓ ਇਹੀ ਜਾਂਦਾ ਵੀ ਮੇਰਾ ਬੱਚਾ ਬਹੁਤ ਵਧੀਆ ਕਰੇ ਜਦੋਂ ਬੱਚਾ ਬਾ ਜਿੰਨੇ ਬੱਚੇ ਇਥੋਂ ਬਾਹਰ ਜਾ ਰਹੇ ਨੇ ਉਹ 15-20 ਲੱਖ ਰੁਪਏ ਲੈ ਕੇ ਜਾਂਦੇ ਨੇ ਨਾਰਮਲੀ ਹੁੰਦਾ ਕਿ ਇਹ 6 6 ਬੈਂਡ ਆਗੇ ਬੱਚੇ ਤੇ ਉਹ ਕੈਨੇਡਾ ਚਲਾ ਗਿਆ 5.5 ਬੈਂਡ ਆਗੇ ਆਸਟ੍ਰੇਲੀਆ ਚਲਾ ਗਿਆ 5 ਬੈਂਡ ਆਗੇ ਉਹ ਯੂਕੇ ਚਲਾ ਗਿਆ ਅੱਜ ਜਿਹੜੇ ਡੈਡਾਂ ਦੇ ਯੂਕੇ ਵਾਲੇ ਬੱਚੇ ਨੂੰ ਲੈ ਰਹੇ ਨੇ ਵਿਦਆਊਟ ਆਇਲਸ ਵੀ ਬੱਚੇ ਨੂੰ ਲਈ ਜਾ ਰਹੇ ਨੇ ਦੇਖੋ ਜਿੰਨੇ ਸਿਆਣੇ ਬੱਚੇ ਨੇ ਜਿੰਨੇ ਚੰਗੇ ਬੱਚੇ ਆ ਤੁਸੀਂ ਦੇਖੋ ਇੱਕ ਆਉਣ ਵਾਲਾ ਫਿਊਚਰ ਕਿਹਨੂੰ ਕਹਿੰਦੇ ਆ ਆਉਣ ਵਾਲਾ ਫਿਊਚਰ ਕਹਿੰਦੇ ਆ ਯੰਗਸਟਰਸ ਨੂੰ ਜਿਹੜੇ ਆਉਣ ਵਾਲਾ ਟਾਈਮ ਹੈ ਹਨਾ ਜੇ ਆਪਣਾ ਫਿਊਚਰ ਹੀ ਸਾਰਾ ਜਿਹੜਾ ਚੰਗਾ ਫਿਊਚਰ ਹੈ ਉਹ ਤੇ ਬਾਹਰ ਜਿਨੇ ਚੰਗੇ ਬੱਚੇ ਨੇ ਉਹ ਬਾਹਰ ਜਾਈ ਜਾ ਰਹੇ ਨੇ ਆਪਣੇ ਕੋ ਇੱਥੇ ਕੀ ਰਹਿ ਰਿਹਾ ਐ ਇਸ ਵੇਲੇ ਪੰਜਾਬ ਦੇ ਵਿੱਚ ਤੁਸੀਂ ਦੇਖੋ ਇੱਥੇ ਵੀਐਸਐਫ ਹੈ ਜਲੰਧਰ ਦੇ ਵਿੱਚ ਜਿੱਥੇ ਫਾਈਲਾਂ ਲੱਗਦੀਆਂ ਐ ਐਂਬੈਸੀ 'ਚ ਫਾਈਲਾਂ ਲੱਗਦੀਆਂ ਨਹੀਂ ਜੇ ਆਪਾਂ ਜਲੰਧਰ ਦੀ ਗੱਲ ਕਰੀਏ ਜਾਂ ਆਪਾਂ ਪੰਜਾਬ ਦੀ ਗੱਲ ਕਰੀਏ ਕੋਈ ਤਕਰੀਬਨ ਅ 1200 ਜਲੰਧਰ ਫਾਈਲ ਲੱਗਦੀ ਐ ਤੇ 12-1300 ਚੰਡੀਗੜ੍ਹ ਤੋਂ ਫਾਈਲ ਲੱਗਦੀ ਹੋएगी ਦਿੱਲੀ ਦੀ ਦਿੱਲੀ ਦੀ ਗੱਲ ਕਰ ਰਹੇ ਹਾਂ ਕੈਨੇਡਾ ਦੀ ਜੇ ਆਪਾਂ 2 ਤੋਂ 2.5 ਹਜ਼ਾਰ ਦਿੱਲੀ ਫਾਈਲ ਲੱਗ ਰਹੀ ਏ ਕੈਨੇਡਾ ਵਾਸਤੇ ਉਹ ਇੱਕ 1.5 ਲੱਖ ਰੁਪਿਆ ਉਹਦੀ ਫੀਸ ਹੈ ਕੈਨੇਡੀਅਨ ਐਂਬੈਸੀ ਜਿਹੜੀ ਉਹ ਲੈ ਰਹੀ ਹੈ ਕੋਈ ਤਕਰੀਬਨ ਜੇ ਆਪਾਂ 1.5 ਲੱਖ ਰੁਪਏ ਦੇ ਹਿਸਾਬ ਨਾਲ ਉਹਨੂੰ ਹਿਸਾਬ ਕਰੀਏ ਤੇ ਤਕਰੀਬਨ 2.5 ਕਰੋੜ ਰੁਪਿਆ ਰੋਜ਼ ਦਾ ਕੈਨੇਡੀਅਨ ਐਂਬੈਸੀ ਐਂਬੈਸੀ ਨੂੰ ਸਿਰਫ ਪੰਜਾਬ ਦੇ ਵਿੱਚੋਂ ਜਾ ਰਿਹਾ ਤੇ ਤੁਸੀਂ ਦੇਖੋ ਬਈ ਮਹੀਨੇ ਦਾ ਕਿੰਨਾ ਹੋ ਗਿਆ ਇਹ 2.5 ਕਰੋੜ ਰੋਜ਼ ਦਾ ਹੋ ਗਿਆ ਤੇ ਮਹੀਨੇ ਦਾ ਤੁਸੀਂ ਦੇਖੋ ਕੋਈ ਤਕਰੀਬਨ 75 ਕਰੋੜ ਰੁਪਿਆ ਮਹੀਨੇ ਦਾ ਪੰਜਾਬ ਤੋਂ ਜਾ ਰਿਹਾ ਇਹ ਪੰਜਾਬ ਦਾ ਪੈਸਾ ਹੀ ਹੈ ਜਿਹੜਾ ਸਾਰਾ ਬਾਹਰ ਜਾ ਰਿਹਾ ਹੈ ਇਸ ਕਰਕੇ ਪੰਜਾਬ ਨੂੰ ਸੋਚਣਾ ਚਾਹੀਦਾ ਹੈ ਵੀ ਜਿੰਨਾ ਆਪਾਂ ਪੰਜਾਬ ਦੇ ਮਤਲਬ ਬੱਚੇ ਐ ਪੰਜਾਬ ਦਾ ਗੋਆਣ ਵਾਲਾ ਯੂਥ ਹੈ ਜੇ ਆਪਾਂ ਉਹਨਾਂ ਨੂੰ ਨਹੀਂ ਆਪਾਂ ਕੋਈ ਚੰਗਾ ਫਿਊਚਰ ਦਵਾਂਗੇ ਤਾਂ ਫਿਰ ਤਾਂ ਸਾਰੀ ਦੁਨੀਆ ਬਾਹਰ ਚਲੀ ਜਾਏਗੀ ਪੰਜਾਬ ਦਾ ਫਿਊਚਰ ਵੀ ਇਸ ਵੇਲੇ ਬਹੁਤਾ ਵਧੀਆ ਨਹੀਂ ਹੈਗਾ ਕੋਈ ਉਮੀਦ ਹੈ ਸਰਕਾਰ ਤੋਂ ਸਰਕਾਰ ਤੋਂ ਅਸੀਂ ਐਕਸਪੈਕਟ ਕਰਦੇ ਆਂ ਵੀ ਜੇ ਸਰਕਾਰ ਨੂੰ ਸਾਰੀਆਂ ਸਾਰੀਆਂ ਬਾਕੀ ਸਾਰੀਆਂ ਜਿੰਨੀ ਦੁਨੀਆ ਪਈ ਹੈ ਜਿੰਨੇ ਵੀ ਵਰਗ ਹੈਗੇ ਨੇ ਇਸ ਪੰਜਾਬ ਦੇ ਵਿੱਚ ਆਪਣੇ ਕੋਲ ਜਿੰਨੇ ਵੀ ਲੋਕ ਰਹਿ ਰਹੇ ਨੇ ਜੇ ਉਹਨਾਂ ਨੂੰ ਬਾਕੀ ਸਾਰਿਆਂ ਦੀ ਚਿੰਤਾ ਹੈ ਵੀ ਉਹ ਆਪਾਂ ਉਹਨਾਂ ਨੂੰ ਕਿਦਾਂ ਸੈਟਲ ਕਰਨਾ ਹੈ ਜਾਂ ਆਪਾਂ ਉਹਨਾਂ ਨੂੰ ਆਰਥਿਕ ਸਹਾਇਤਾ ਕਿਦਾਂ ਕਰਨੀ ਹੈ ਤੇ ਵਪਾਰੀਆਂ ਬਾਰੇ ਵੀ ਪੰਜਾਬ ਨੂੰ ਸੋਚਣਾ ਚਾਹੀਦਾ ਸਰਕਾਰ ਨੂੰ ਸੋਚਣਾ ਚਾਹੀਦਾ ਵਪਾਰੀਆਂ ਬਾਰੇ ਵੀ ਆਪਾਂ ਜਿਹੜੇ ਵਪਾਰੀ ਸਾਨੂੰ ਸਭ ਤੋਂ ਜ਼ਿਆਦਾ ਟੈਕਸ ਦਿੰਦੇ ਆ ਵਪਾਰੀ ਜਿਹੜੇ ਸਭ ਤੋਂ ਜ਼ਿਆਦਾ ਰੈਵਨਿਊ ਜਨਰੇਟ ਕਰਦੇ ਆ ਵਪਾਰੀ ਹੈ ਜਿਨ੍ਹਾਂ ਕਰਕੇ ਅੱਜ ਦੀ ਡੇਟ 'ਚ ਇੰਨੀ ਏਮਪਲੋਇਮੈਂਟ ਜਨਰੇਟ ਹੋਈ ਹੋਈ ਹੈ ਤੇ ਉਹਨਾਂ ਨੂੰ ਵਪਾਰੀਆਂ ਬਾਰੇ ਜ਼ਰੂਰ ਸੋਚਣਾ ਚਾਹੀਦਾ ਨਹੀਂ ਤਾਂ ਵਪਾਰ ਪੰਜਾਬ 'ਚੋਂ ਖਤਮ ਹੋ ਜਾਏਗਾ ਤੇ ਫਿਰ ਪੰਜਾਬ ਦਾ ਤੁਹਾਨੂੰ ਪਤਾ ਹੀ ਹੈ ਫਿਰ ਅੱਗੇ ਆਲਰੇਡੀ ਕਿਹ ਕਿਹਨਾ ਹਾਲਾਤਾਂ 'ਚ ਗੁਜ਼ਰ ਰ ਪੰਜਾਬ ਦੀ ਸਰਕਾਰ ਹੋਰ ਹੈ ਇਹਦਾ ਵੀ ਬਹੁਤ ਜ਼ਿਆਦਾ ਫਰਕ ਹੈ। ਇਹ ਸੀ ਰਿੰਪੀ ਸੀਲ ਕਾਰਪੋਰੇਸ਼ਨ ਦੇ ਸ਼ਰਨਜੀਤ ਸਿੰਘ ਜਿਨ੍ਹਾਂ ਨੇ ਦੱਸਿਆ ਕਿ ਅਗਰ ਜਿਹੜੀ ਸਰਕਾਰ ਹੈਗੀ ਆਮ ਜਨਤਾ ਬਾਰੇ ਸੋਚਦੀ ਹੈ ਤੇ ਜਿਹੜੇ ਦੁਕਾਨਦਾਰ ਹੈਗੇ ਉਹਨਾਂ ਬਾਰੇ ਵੀ ਜ਼ਰੂਰ ਸੋਚੇ। ਕੈਮਰਾਮੈਨ ਪਵਨ ਦੇ ਨਾਮ ਵਿਨੈਸ਼ ਸ਼ਰਮਾ ਦੇਨਿਕ ਸਵੇਰਾ ਟੀਵੀ ਜਲੰਧਰ।